ਅੱਜ ਅਸੀਂ ਚਰਚਾ ਕਰਾਂਗੇ ਕਿ ਪਸ਼ੂਆਂ ਨੂੰ ਪੱਠੇ ਪਾਉਣ ਵੇਲੇ ਸਾਡੀ ਇੱਕ ਛੋਟੀ ਜਿਹੀ ਗਲਤੀ ਕਿਸ ਤਰ੍ਹਾਂ ਪਹਿਲਾਂ ਜਾਨਵਰ ਅਤੇ ਫਿਰ ਤੁਹਾਡੇ ਡੇਅਰੀ ਕਾਰੋਬਾਰ ਦੀ ਤਬਾਹੀ ਦੀ ਵਜ੍ਹਾ ਬਣ ਸਕਦੀ ਹੈ। ਹੁੰਦਾ ਇਹ ਹੈ ਕਿ ਜਾਨਵਰ ਨੂੰ ਦਿੱਤੀ ਜਾਣ ਵਾਲੀ ਖੁਰਾਕ ਨੂੰ ਜੇ ਕਿਸੇ ਵੀ ਰੂਪ ਵਿੱਚ ਉੱਲੀ ਲੱਗੀ ਹੋਵੇ ਤਾਂ ਉਹ ਜ਼ਹਿਰੀਲੇ ਤੱਤਾਂ 'ਚ ਤਬਦੀਲ ਹੋ ਕੇ ਜਾਨਵਰ ਦੇ ਸਰੀਰ ਵਿੱਚ ਦਾਖਲ ਹੋ ਜਾਂਦੀ ਹੈ। ਉੱਲੀ ਦੇ ਰੂਪ ਵਿੱਚ ਜਾਨਵਰ ਦੇ ਸਰੀਰ ਵਿੱਚ ਦਾਖਲ ਹੋਣ ਵਾਲੇ ਇਹਨਾਂ ਜ਼ਹਿਰੀਲੇ ਤੱਤਾਂ ਨੂੰ ਅਫਲਾਟੋਕਸਿਨ ਕਹਿੰਦੇ ਹਨ। ਤੁਸੀਂ ਇਹ ਤਾਂ ਜਾਣ ਚੁੱਕੇ ਹੋ ਕਿ ਜਾਨਵਰ ਦੀ ਫੀਡ ਵਿੱਚ ਸ਼ਾਮਲ ਹੋਣ ਵਾਲੀ ਹਰ ਤਰ੍ਹਾਂ ਦੀ ਖੁਰਾਕ ਜਿਵੇਂ ਖਲ, ਛੱਲੀ, ਮੱਕੀ, ਕਣਕ ਦੀ ਰੋਟੀ ਆਦਿ ਨੂੰ ਜੇ ਸਹੀ ਤਰੀਕੇ ਨਾਲ ਸਾਂਭਿਆ ਨਾ ਜਾਵੇ ਤਾਂ ਇਹਨਾਂ ਨੂੰ ਫਫੂੰਦੀ ਜਾਂ ਉੱਲੀ ਲੱਗ ਜਾਂਦੀ ਹੈ। ਇਸ ਉੱਲੀ ਲੱਗੀ ਖੁਰਾਕ 'ਚ ਖਤਰਨਾਕ ਹੱਦ ਤੱਕ ਅਫਲਾਟੋਕਸਿਨ ਪੈਦਾ ਹੋ ਜਾਂਦੇ ਹਨ। ਕਈ ਵਾਰੀ ਅਸੀਂ ਲਾਪਰਵਾਹੀ 'ਚ ਇਹ ਫਫੂੰਦੀ ਜਾਂ ਉੱਲੀ ਲੱਗੀ ਖੁਰਾਕ ਪਸ਼ੂਆਂ ਨੂੰ ਖਵਾ ਦਿੰਦੇ ਹਾਂ ਜੋ ਨਾ ਸਿਰਫ ਪਸ਼ੂਆਂ ਨੂੰ ਬਿਮਾਰ ਬਲਕਿ ਡੇਅਰੀ ਦੇ ਕਾਰੋਬਾਰ ਨੂੰ ਵੀ ਬਰਬਾਦ ਕਰ ਦਿੰਦੀ ਹੈ। ਆਓ ਇੱਕ ਨਿਗਾਹ ਮਾਰਦੇ ਹਾਂ ਕਿ ਫਫੂੰਦੀ ਜਾਂ ਉੱਲੀ ਲੱਗੀ ਖੁਰਾਕ ਕਿਸ ਕਿਸ ਤਰੀਕੇ ਨਾਲ ਡੇਅਰੀ ਫਾਰਮਿੰਗ ਨੂੰ ਨੁਕਸਾਨ ਪਹੁੰਚਾ ਸਕਦੇ ਹੈ। ਅਫਲਾਟੋਕਸਿਨ ਦਾ ਜਾਨਵਰ ਦੀ ਸਿਹਤ 'ਤੇ ਅਸਰ। ਜਾਨਵਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ। ਉਸਦੇ ਸਾਰੇ ਖਾਸ ਅੰਗ ਜਿਵੇਂ ਜਿਗਰ, ਮੇਦਾ ਵਗੈਰਾ ਕੰਮ ਕਰਨਾ ਛੱਡ ਦਿੰਦੇ ਹਨ। ਮਾਦਾ ਜਾਨਵਰ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ 'ਤੇ ਮਾੜਾ ਅਸਰ ਪੈਂਦਾ ਹੈ। ਥਣਾਂ ਵਿੱਚ ਥਨੇਲਾ ਰੋਗ ਦੀ ਸ਼ਿਕਾਇਤ ਵੱਧ ਜਾਂਦੀ ਹੈ। ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ। ਵੱਛਿਆਂ 'ਚ ਵਾਧਾ ਰੁਕ ਜਾਂਦਾ ਹੈ ਅਤੇ ਇਲਾਜ ਕਰਾਉਣ ਨਾਲ ਵੀ ਉਹ ਠੀਕ ਨਹੀਂ ਹੁੰਦੇ। ਕਈ ਵਾਰੀ ਤਾਂ ਜਾਨਵਰਾਂ ਖਾਸ ਕਰਕੇ ਵੱਛਿਆਂ ਦੀ ਮੌਤ ਵੀ ਹੋ ਸਕਦੀ ਹੈ। ਅਫਲਾਟੋਕਸਿਨ ਤੋਂ ਬਚਾਓ ਦੇ ਤਰੀਕੇ। ਸਾਵਧਾਨੀ ਵਰਤ ਕੇ ਅਸੀਂ ਅਫਲਾਟੋਕਸਿਨ ਤੋਂ ਬਚ ਸਕਦੇ ਹਾਂ। ਬਸ ਪਸ਼ੂਆਂ ਨੂੰ ਦੇਣ ਵਾਲੀ ਖੁਰਾਕ 'ਤੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ। ਜਮ੍ਹਾਂ ਕੀਤਾ ਹੋਇਆ ਅਚਾਰ, ਖਲ, ਉੱਲੀ ਜਾਂ ਫਫੂੰਦੀ ਲੱਗੀ ਹੋਈ ਰੋਟੀ ਦੇ ਟੁਕੜੇ ਪਸ਼ੂਆਂ ਦੀ ਖੁਰਾਕ ਵਿੱਚ ਕਿਸੇ ਵੀ ਕੀਮਤ 'ਤੇ ਨਹੀਂ ਆਉਣ ਦੇਣੇ ਚਾਹੀਦੇ। ਜਮ੍ਹਾਂ ਕੀਤੇ ਹੋਏ ਅਚਾਰ ਨੂੰ ਬਣਾਉਣ ਵੇਲੇ ਇਸ ਨੂੰ ਪੂਰੀ ਚੰਗੀ ਤਰ੍ਹਾਂ ਦਬਾਓ ਅਤੇ ਪਲਾਸਟਿਕ ਦੀ ਸ਼ੀਟ ਨਾਲ ਢੱਕ ਕੇ ਰੱਖੋ। ਖਰਾਬ ਹੋਈ ਫੀਡ ਕਿਸੇ ਵੀ ਸੂਰਤ ਵਿੱਚ ਇਸਤੇਮਾਲ ਨਾ ਕਰੋ। ਪੈਕਿੰਗ ਵਾਲੇ ਫੀਡ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਪੈਕਿੰਗ ਕਿਤੋਂ ਵੀ ਫਟੀ ਨਾ ਹੋਵੇ। ਪੈਕਿੰਗ ਖੋਲ੍ਹਣ ਤੋਂ ਇੱਕ ਦਿਨ ਦੇ ਅੰਦਰ ਅੰਦਰ ਇਸਤੇਮਾਲ ਕਰ ਲਓ। ਪਸ਼ੂਆਂ ਦੀ ਅਚਾਰ ਰੱਖਣ ਵਾਲੀ ਥਾਂ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖੋ। ਅਚਾਰ ਵਾਲੀ ਖੁਰਲੀਆਂ ਦੀ ਰੋਜ਼ ਸਫਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਣੀ ਦੀਆਂ ਖੁਰਲੀਆਂ ਦੀ ਸਫਾਈ ਵੀ ਯਕੀਨੀ ਬਣਾਓ ਅਤੇ ਬਕਾਇਦਾ ਚੂਨਾ ਕਰਵਾਓ। ਕੋਈ ਵੀ ਖੁਰਾਕ ਜਿਵੇਂ ਕਣਕ ਜਾਂ ਮੱਕੀ ਵਗੈਰਾ ਪਸ਼ੂਆਂ ਨੂੰ ਖਵਾਉਣ ਤੋਂ ਪਹਿਲਾਂ ਜਾਂਚ ਕਰ ਲਓ ਕਿ ਉਹ ਅਫਲਾਟੋਕਸਿਨ ਤੋਂ ਮੁਕਤ ਹੋਵੇ। ਇੱਕ ਖੋਜ ਦੇ ਮੁਤਾਬਕ ਖਲ ਬਿਨੋਲਾ 'ਚ ਅਫਲਾਟੋਕਸਿਨ ਦੀ ਮਿਆਦ ਬਹੁਤ ਜ਼ਿਆਦਾ ਹੈ। ਇਸ ਲਈ ਖਲ ਬਿਨੋਲਾ ਦੇ ਇਸਤੇਮਾਲ ਤੋਂ ਪਰਹੇਜ਼ ਕਰੋ। ਮਾਹਿਰਾਂ ਦੁਆਰਾ ਟੈਸਟ ਕੀਤਾ ਹੋਇਆ ਅਤੇ ਮਨਜ਼ੂਰਸ਼ੁਦਾ ਅਫਲਾਟੋਕਸਿਨ ਮੁਕਤ ਫੀਡ ਕਈ ਬ੍ਰਾਂਡਾਂ 'ਚ ਮਾਰਕੀਟ 'ਚ ਮੌਜੂਦ ਹੈ। ਫੀਡ ਖਰੀਦਣ ਵੇਲੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਮਾਹਿਰਾਂ ਦੁਆਰਾ ਮਨਜ਼ੂਰਸ਼ੁਦਾ ਅਤੇ ਅਫਲਾਟੋਕਸਿਨ ਮੁਕਤ ਫੀਡ ਹੀ ਖਰੀਦੋ। ਕਿਸੇ ਵੀ ਜਿਣਸ ਜਿਵੇਂ ਕਣਕ ਜਾਂ ਮੱਕੀ ਨੂੰ ਪਿਸਵਾ ਕੇ ਜਮ੍ਹਾਂ ਨਾ ਕਰੋ ਕਿਉਂਕਿ ਪਿਸੇ ਹੋਏ ਅਚਾਰ 'ਚ ਅਫਲਾਟੋਕਸਿਨ ਤੇਜ਼ੀ ਨਾਲ ਹਮਲਾ ਕਰਦਾ ਹੈ। ਯਾਦ ਰੱਖੋ ਕਿ ਉੱਲੀ ਲੱਗੀ ਕੋਈ ਵੀ ਚੀਜ਼ ਨਾਲ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਇਹ ਇੱਕ ਜ਼ਹਿਰ ਹੈ। ਖੁਰਾਕ ਨੂੰ ਜਮ੍ਹਾਂ ਕਰਨ ਦਾ ਸਹੀ ਤਰੀਕਾ। ਖੁਰਾਕ ਨੂੰ ਜ਼ਮੀਨ ਦੀ ਸਤਹਿ ਤੋਂ ਉੱਪਰ ਫੱਟਿਆਂ 'ਤੇ ਰੱਖੋ। ਸਟੋਰ 'ਚ ਹਵਾ ਅਤੇ ਰੋਸ਼ਨੀ ਦਾ ਆਉਣਾ ਯਕੀਨੀ ਬਣਾਓ। ਬੋਰੀਆਂ ਨੂੰ ਕੰਧਾਂ ਤੋਂ ਦੂਰੀ 'ਤੇ ਰੱਖੋ। ਬੋਰੀਆਂ ਦੀ ਖਤਮ ਹੋਣ ਦੀ ਮਿਆਦ ਨੂੰ ਦੇਖਦੇ ਹੋਏ ਅਤੇ ਲੋੜ ਦੇ ਮੁਤਾਬਕ ਹੀ ਜਮ੍ਹਾਂ ਕਰੋ ਤਾਂ ਜੋ ਵਰਤਣ ਦੇ ਲਾਇਕ ਰਹਿ ਸਕੇ। ਅਕਸਰ ਇਹ ਦੇਖਿਆ ਗਿਆ ਹੈ ਕਿ ਪਸ਼ੂ ਮਾਲਕ ਮਾਹਿਰਾਂ ਦੁਆਰਾ ਤਜਵੀਜ਼ ਕੀਤਾ ਫੀਡ ਤਾਂ ਮੰਗਵਾ ਲੈਂਦਾ ਹੈ ਪਰ ਉਸਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕਰਦਾ, ਜਿਸ ਕਰਕੇ ਉਸਨੂੰ ਉੱਲੀ ਜਾਂ ਫਫੂੰਦੀ ਲੱਗ ਜਾਂਦੀ ਹੈ ਅਤੇ ਜਾਨਵਰ ਦੀ ਖੁਰਾਕ ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਇਹ ਅਫਲਾਟੋਕਸਿਨ ਨਾਲ ਗ੍ਰਸਤ ਹੋ ਜਾਂਦਾ ਹੈ। ਇਸ ਗੱਲਬਾਤ ਤੋਂ ਇਹ ਪਤਾ ਲੱਗਦਾ ਹੈ ਕਿ ਪਸ਼ੂ ਦੀ ਖੁਰਾਕ ਦਾ ਨਮੀ ਜਾਂ ਸਿੱਲ ਰਹਿਤ ਰਹਿਣਾ ਕਿੰਨਾ ਜ਼ਰੂਰੀ ਹੈ। ਇਹ ਨਮੀ ਹੀ ਹੁੰਦੀ ਹੈ ਜੋ ਖੁਰਾਕ 'ਚ ਉੱਲੀ ਪੈਦਾ ਕਰਦੀ ਹੈ ਜਿਹੜਾ ਜ਼ਹਿਰੀਲੇ ਤੱਤਾਂ ਮਤਲਬ ਅਫਲਾਟੋਕਸਿਨ ਦਾ ਕਾਰਨ ਬਣਦੀ ਹੈ। ਪੂਰੀ ਗੱਲਬਾਤ ਦਾ ਸਿੱਟਾ ਹੈ ਕਿ ਨਮੀ ਤੋਂ ਬਿਨਾਂ ਪਸ਼ੂ ਦੀ ਖੁਰਾਕ। ਪਸ਼ੂ ਦੀ ਸਿਹਤ ਉਸਦੀ ਚੰਗੀ ਖੁਰਾਕ 'ਤੇ ਹੀ ਨਿਰਭਰ ਕਰਦੀ ਹੈ, ਨਾ ਸਿਰਫ ਪਸ਼ੂ ਦੀ ਸਿਹਤ ਬਲਕਿ ਤੁਹਾਡਾ ਡੇਅਰੀ ਦਾ ਕਾਰੋਬਾਰ ਵੀ। ਇਲਾਜ ਨਾਲੋਂ ਪਰਹੇਜ਼ ਚੰਗਾ। ਆਪਣੇ ਪਸ਼ੂਆਂ ਨੂੰ ਅਫਲਾਟੋਕਸਿਨ ਤੋਂ ਅਤੇ ਆਪਣੇ ਆਪ ਨੂੰ ਆਰਥਿਕ ਨੁਕਸਾਨ ਤੋਂ ਬਚਾਓ ਅਤੇ ਅੱਜ ਤੋਂ ਅਤੇ ਹੁਣ ਤੋਂ ਹੀ ਅਪਣਾਓ ਆਸੀਸ ਸੰਪੂਰਨ ਪਸ਼ੂ ਆਹਾਰ।